ਆਖਿਰਕਾਰ ਅਲੀਸ਼ਬਾ ਨੇ ਬੱਚੇ ਦੀ ਪੈਦਾਇਸ਼ ਦਾ ਵੇਲਾ ਆਈ ਗਿਆ ਤੇ ਉਹਨਾਂ ਨਾਲ ਪੁੱਤਰ ਹੋਇਆ। ਜਿਲ੍ਹਾ ਉਹਨਾਂ ਨੇ ਗਵਾਂਢੀਆਂ ਤੇ ਰਿਸ਼ਤੇਦਾਰਾਂ ਕੀ ਪਤਾ ਚੱਲਿਆ ਕਿ ਉਹਨਾਂ ਪਰ ਅੱਲਾ ਅਨਾਇਤ ਕਰੀ ਛੋੜੀ ਹੈ ਤਾਂ ਉਹ ਸਾਰੇ ਉਸ ਨਾਲ ਖੁਸ਼ ਹੋਏ। ਜਦੋਂ ਮੁੰਡਾ 8 ਦਿਹਾੜਿਆਂ ਨਾਲ ਹੋਇਆ ਤਾਂ ਉਸਦੀਆਂ ਸੁਨਤਾਂ ਹੋਈਆਂ। ਉਸ ਵੇਲੇ ਲੋਕਾਂ ਮੁੰਡੇ ਨਾਲ ਨਾ ਉਸਨੇ ਪਿਓ ਨੇ ਨਾਏ ਪਰ ਜ਼ਕਰੀਆ ਰੱਖਣੇ ਨਾਲ ਮਸ਼ਵਰਾ ਦਿੱਤਾ, ਪਰ ਉਸਨੇ ਮਾਊ ਆਖਿਆ, ਨਾ ਜੀ ਨਾ, ਇਸ ਦਾ ਨਾਂ ਯਖੀਆ ਹੋਣਾ ਚਾਹੀਦਾ। ਸਾਰਿਆਂ ਆਖਿਆ, ਤੁਸਾਂ ਨੇ ਖਾਨਦਾਨ ਵਿੱਚ ਇਹ ਨਾਂ ਕੁਸਾ ਨਾ ਵੀ ਨਹੀਂ। ਫਿਰ ਉਹਨਾਂ ਬੱਚੇ ਨੇ ਪਿਓ ਕੀ ਇਸ਼ਾਰਾ ਕਰੀ ਕੇ ਪੁੱਛਿਆ, ਇਸ ਦਾ ਨਾਂ ਕਹਿ ਰੱਖਾਂ? ਹਜ਼ਰਤ ਜ਼ਕਰੀਆ ਲਿਖਿਆ, ਇਸ ਦਾ ਨਾਂ ਯਖੀਆ ਹੈ। ਇਹ ਗੱਲ ਤੱਕੀ ਕਿ ਸਾਰੇ ਲੋਕ ਹੈਰਾਨ ਹੋਈ ਗਏ। ਉਸੇ ਵੇਲੇ ਇੱਕਦਮ ਹਜ਼ਰਤ ਜ਼ਕਰੀਆ ਦੀ ਜ਼ਬਾਨ ਖੁੱਲ੍ਹੀ ਗਈ ਤਾਂ ਰੂਹੇ ਪਾਕ ਨਾਲ ਰੰਗੀ ਕਹਿ ਅੱਲਾ ਨਾਲ ਪੈਗਾਮ ਲੋਕਾਂ ਕੀ ਇਸਰਾ ਦੇਣਾ ਸ਼ੁਰੂ ਹੋਈ ਗਏ। ਬਨੀ ਇਸਰਾਈਲ ਨੇ ਖੁਦਾ ਨਾਲ ਸ਼ੁਕਰ ਹੋਵੇ, ਉਸ ਅਸਾਂ ਪਰ ਨਜ਼ਰ ਕਰਮ ਕਰੀ ਕਿ ਅਸਾਂ ਕੀ ਆਜ਼ਾਦੀ ਬਖਸ਼ੀ ਹੈ। ਉਸ ਅਸਾਂ ਵਾਸਤੇ ਇੱਕ ਤਾਕਤਵਰ ਨਿਜਾਤ ਦੇਣ ਵਾਲਾ ਪੈਦਾ ਕੀਤਾ ਹੈ, ਜਿਹੜਾ ਕਿ ਆਪਣੇ ਖਾਦਮ ਹਜ਼ਰਤ ਦਾਊਦ ਦੀ ਨਸਲ ਵਿੱਚੋਂ ਹੈ, ਜਿਸ ਨਾਲ ਵਾਅਦਾ ਉਸ ਆਪਣੇ ਪਾਕ ਨਬੀਆਂ ਨੇ ਜ਼ਰੀਏ ਬਹੁ ਪਹਿਲੇ ਕੀਤਾ ਹੈ। ਉਹ ਨਿਜਾਤ ਦੇਣ ਵਾਲਾ ਅਸਾਂ ਕੀ ਆਪਣੇ ਦੁਸ਼ਮਣਾਂ ਕੋਲੋਂ ਤੇ ਅਸਾਂ ਨਾਲ ਨਫ਼ਰਤ ਕਰਨ ਵਾਲਿਆਂ ਉਹਨਾਂ ਸਾਰਿਆਂ ਕੋਲੋਂ ਬਚਾ ਸੀ। ਇਸ ਤਰ੍ਹਾਂ ਉਹ ਅਸਾਂ ਨੇ ਪਿਓ ਦਾਦੇ ਪਰ ਰਹਿਮ ਕਰ ਸੀ ਤੇ ਆਪਣੇ ਪਾਕ ਅਹਿਦ ਕੀ ਜ਼ਰੂਰ ਪੂਰਾ ਕਰ ਸੀ। ਅੱਲਾ ਤਾਲਾ ਇਸ ਗੱਲ ਨਾਲ ਵਾਅਦਾ ਅਸਾਂ ਨੇ ਪਿਓ ਦਾਦੇ ਹਜ਼ਰਤ ਇਬਰਾਹੀਮ ਨਾਲ ਕੀਤਾ ਸੀ ਕਿ ਉਹ ਅਸਾਂ ਕੀ ਸਾਰਿਆਂ ਦੁਸ਼ਮਣਾਂ ਕੋਲੋਂ ਰਿਹਾਈ ਬਖਸ਼ ਸੀ, ਤਾਂ ਕਿ ਅਸਾਂ ਬੇਫਿਕਰ ਹੋਈ ਕਿ ਉਸਨੀ ਇਬਾਦਤ ਕਰਾਂ ਤਾਂ ਸਾਰੀ ਜ਼ਿੰਦਗੀ ਸੱਚੇ ਦਿਲਾਂ ਨਾਲ ਪਾਕ ਉਹ ਸਾਫ਼ ਹੋਈ ਕਿ ਉਸਨੀ ਇਬਾਦਤ ਕਰਾਂ। ਇਹ ਮਾੜੇ ਬੱਚੇ, ਤੂੰ ਕੀ ਅੱਲਾ ਨਾਲ ਨਬੀ ਆਖਿਆ ਜਾ ਸੀ, ਕਿਉਂਕਿ ਤੂੰ ਰੱਬ ਤੂੰ ਪਹਿਲੇ ਟੁਰੀ ਕੇ ਉਸ ਨਾਲ ਰਾਹ ਤਿਆਰ ਕਰ ਸੇ। ਤੂੰ ਉਸਨੇ ਲੋਕਾਂ ਕੀ ਆਖਸੇ ਕਿ ਉਹ ਕਿਸ ਤਰ੍ਹਾਂ ਆਪਣੇ ਗੁਨਾਹਾਂ ਦੀ ਮਾਫ਼ੀ ਕੀ ਨਹੀਂ ਕਿ ਨਿਜਾਤ ਹਾਸਲ ਕਰਨ। ਇਹ ਸਾਰਾ ਕੁਝ ਇਸ ਵਾਸਤੇ ਹੋ ਸੀ ਕਿਉਂਕਿ ਅੱਲਾ ਬਹੁ ਹੀ ਰਹੀਮ ਉਹ ਕਰੀਮ ਹੈ ਤੇ ਉਹ ਸੁਬਹ ਨੇ ਸੂਰਜ ਦੀ ਤਰ੍ਹਾਂ ਆਸਮਾਨਾਂ ਵਿੱਚੋਂ ਅਸਾਂ ਕੋਲ ਸੀ। ਉਸ ਨਾਲ ਨੂਰ ਉਹਨਾਂ ਪਰ ਚਮਕ ਸੀ ਜਿਹੜੇ ਹਨੇਰੇ ਵਿੱਚ ਮੌਤ ਨੇ ਮੂੰਹ ਵਿੱਚਣ ਤੇ ਅਸਾਂ ਕੀ ਸਲਾਮਤੀ ਨੀ ਰਾਹ ਪਰ ਚਲਾ ਸੀ। ਉਹ ਬੱਚਾ ਜਿਉਂ ਜਿਉਂ ਬੜਾ ਹੋਣਾ ਗਿਆ ਤੇ ਉਸ ਕੀ ਕੁਰਬਤ ਇਲਾਹੀ ਹਾਸਲ ਹੋਣੀ ਰਹੀ। ਉਸ ਦਿਹਾੜੇ ਤੱਕ ਉਹ ਬਿਆਬਾਨਾਂ ਵਿੱਚ ਹੀ ਰਿਹਾ ਜਦੋਂ ਤੱਕ ਉਸ ਬਨੀ ਇਸਰਾਇਲ ਨੇ ਅੱਗੇ ਦਾਅਵਾ ਨਬੂਤ ਨਾ ਕੀਤਾ।